ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਹੋਰ ਸੱਚੀ ਘਟਨਾ 'ਤੇ ਆਧਾਰਿਤ ਗੱਲ ਕਰਦੇ ਹਾਂਗੇ। ਇਹ ਵੀ ਆਪਾਂ ਕਿਸੇ ਜਗ੍ਹਾ ਤੋਂ ਆਪਾਂ ਸੁਣੀ ਸੀਗੀ, ਮੈਨੂੰ ਲੱਗਿਆ ਵੀ ਇਹ ਸ਼ੇਅਰ ਕਰਨੀ ਬਣਦੀ ਆ, ਤਾਂ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਇੱਕ ਤਾਂ ਇਹ ਆ ਕਿ ਇੱਕ ਭਰਜਾਈ ਨੇ ਲਾਲਚ ਦੀ ਮਾਰੀ ਨੇ 1.5 ਕਿੱਲੇ ਜ਼ਮੀਨ ਪਿੱਛੇ, ਠੀਕ ਹੈ, 1.5 ਕਿੱਲਾ ਜ਼ਮੀਨ ਦਾ ਲੈਣ ਪਿੱਛੇ ਐਡੀ ਕੁ ਘਟੀਆ ਹਰਕਤ ਕੀਤੀ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮੰਨ ਲਓ ਜਿਹੜੀ ਸੱਚੀ ਘਟਨਾ ਇਹ ਆਪਾਂ ਨੌਂ ਥੇ ਆਪਾਂ ਤੁਸੀਂ ਤੁਹਾਨੂੰ ਦੱਸ ਨਹੀਂ ਸਕਦੇ ਬੰਦਿਆਂ ਦਾ, ਇਹ ਵੀਡੀਓ ਹੋਰ ਨੇ ਵੀ ਪਾਈ ਹੋਈ ਆ ਮੁੰਡੇ ਨੇ, ਤੁਹਾਨੂੰ ਉਹ 'ਤੇ ਵੀ ਪਤਾ ਲੱਗ ਜਾਣਾ ਵੀ ਇਹ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਹੈਗੇ ਆਪਾਂ। ਜਿਹੜੀ ਦੋ ਭਾਈ ਹੁੰਦੇ ਨੇ ਪਿੰਡ 'ਚ, ਦੋ ਭਾਈ ਹੁੰਦੇ ਨੇਗੇ, ਇੱਕ ਭਾਈ ਜਿਹੜਾ ਵੱਡਾ ਹੁੰਦਾ, ਇੱਕ ਛੋਟਾ ਹੁੰਦਾ, ਦੋਹਾਂ ਦਾ ਆਪਸ 'ਚ ਪਿਆਰ ਬਹੁਤ ਹੁੰਦਾ, ਦੋਹਾਂ ਦੀ ਮੈਰਿਜ ਹੋ ਜਾਂ ਵਿਆਹ ਹੋ ਜਾਂਦਾ। ਜਿਹੜਾ ਵੱਡਾ ਭਰਾ ਉਹ ਲਵੇ ਇਕੱਲੀਆਂ ਕੁੜੀਆਂ ਕੁੜੀਆਂ ਹੁੰਦੀਆਂ ਨੇਗੀਆਂ, ਠੀਕ ਹੈ, ਕੁੜੀਆਂ ਦੋ ਕੁੜੀਆਂ ਹੁੰਦੀਆਂ ਨੇਗੀਆਂ, ਅਤੇ ਜਿਹੜਾ ਛੋਟਾ ਭਰਾ ਉਹ ਲਵੇ ਇੱਕ ਮੁੰਡਾ ਅਤੇ ਇੱਕ ਕੁੜੀ ਹੁੰਦੀ ਹੈਗੀ, ਦੋ ਬੱਚੇ ਉਹਦੇ ਹੁੰਦੇ ਨੇਗੇ, ਅਤੇ ਇੱਕ ਉਹਨਾਂ ਦੀ ਭੈਣ ਹੁੰਦੀ ਆ, ਬਾਕੀ ਹੋਰ ਰਿਸ਼ਤੇਦਾਰ ਹੁੰਦੇ ਨੇ ਜਿੱਦਾਂ ਆਪਣੀਆਂ ਸਾਰੀਆਂ ਨੋਰਮਲ ਫੈਮਿਲੀਆਂ 'ਚ ਹੁੰਦੇ ਨੇਗੇ। ਅਤੇ ਥੋੜ੍ਹੇ ਟਾਈਮ ਬਾਅਦ ਉਹਨਾਂ ਦਾ ਕੀ ਹੁੰਦਾ, ਜਿਹੜਾ ਛੋਟਾ ਭਰਾ ਉਹ ਜੋਬ ਕਰਦਾ ਹੁੰਦਾ, ਜਿਹੜੀ ਦੂਜੀ ਉਹ ਆ ਉਹ ਘਰੇ ਘਰ ਦਾ ਕੰਮ ਕਰਦੀਆਂ ਨੇ, ਦੋਹੇ ਦਰਾਣੀ ਜਠਾਣੀਆਂ। ਅਤੇ ਬਾਕੀ ਜਿਹੜਾ ਆਪਣਾ ਤੁਸੀਂ ਮੰਨ ਲਓ ਵੀ ਮੁੰਡਾ ਸੀਗਾ, ਵੱਡਾ ਭਾਈ ਸੀਗਾ ਉਹਨਾਂ ਦੇ, ਅਤੇ ਫਿਰ ਛੋਟੇ ਭਾਈ ਤਿਆਰ ਵੱਡੇ 'ਚ ਅਣਬਣ ਰਹਿਣ ਲੱਗ ਜਾਂਦੀ ਹੈ ਘਰੇ ਵਹੁਟੀਆਂ 'ਚ, ਵੀ ਉਹ ਘੱਟ ਕੰਮ ਕਰਦੇ ਆ, ਉਹ ਕੰਮ ਨਹੀਂ ਕਰਦੇ, ਤੁਸੀਂ ਕੰਮ ਕਰਦੇ ਹੋ ਖੇਤ, ਵੀ ਉਹ ਫਿਰ ਵੀ ਬਰਾਬਰ ਦਾ ਹਿੱਸੇਦਾਰਾ, ਵੀ ਉਹ ਤਨਖਾਹ ਉਹਦੀ ਰੱਖੀ ਜਾਂਦਾ, ਜਿੱਦਾਂ ਦੀ ਆਪਣੇ ਨੋਰਮਲ ਘਰਾਂ 'ਚ ਗੱਲਾਂ ਹੁੰਦੀਆਂ ਨੇ। ਇਹ ਸਾਰੀਆਂ ਗੱਲਾਂ ਦੇ ਬਾਵਜੂਦ ਭਾਈ ਦੋਹੇ ਭਾਈ ਅੱਡ ਹੋ ਜਾਂਦੇ ਨੇਗੇ, ਆਪਦੀ ਜ਼ਮੀਨ ਦਾ ਬਟਵਾਰਾ ਕਰ ਲੈਂਦੇ ਨੇਗੇ। ਉਹ ਵੱਡੀ ਜਿਹੜੀ ਭਰਜਾਈ ਹੁੰਦੀ ਆ, ਦਿਓ ਆਪਦੀ ਦਿਓਰ ਤੋਂ ਵੱਡੀ ਭਰਜਾਈ ਹੁੰਦੀ ਆ, ਉਹ ਇਹ ਸੋਚਦੀ ਆ ਵੀ ਹਾਂ ਆਪਾਂ ਲੜ ਭੁੜ ਕੇ ਜਿਹੜੀ ਆਪਾਂ ਦੀ ਜ਼ਮੀਨ ਦੱਬਣ ਨੂੰ ਫਿਰਦੇ ਨੇ ਇਹ, ਵੀ ਆਪਾਂ ਇਹਨਾਂ ਤੋਂ ਅਲੱਗ ਹੋ ਜਾਈਏ। ਉਹ ਅਲੱਗ ਹੋਇਆ ਭਾਈ, ਜਿਹੜਾ ਉਹਦਾ ਜਵਾਕਾਂ ਦਾ ਚਾਚਾ ਹੁੰਦਾ ਹੈਗਾ, ਯਾਨੀ ਕਿ ਉਹਦਾ ਦਿਓਰ ਹੁੰਦਾ, ਉਹ ਆਪਦੇ ਤਾਏ ਆਪਦੇ ਭਾਈ ਦਾ ਬਹੁਤ ਪਿਆਰ ਕਰਦਾ ਅਤੇ ਉਹਦੇ 'ਚ ਬੱਚਿਆਂ ਨੂੰ ਬਹੁਤ ਪਿਆਰ ਸਤਿਕਾਰ ਕਰਦਾ, ਆਪਦੀ ਘਰਵਾਲੀ ਨੂੰ ਕਹਿ ਰੱਖਿਆ ਹੁੰਦਾ ਵੀ ਕਦੇ ਵੀ ਘਰੇ ਆਉਣਾ ਆਪਣੇ ਬੱਚਿਆਂ ਵਾਂਗ ਹੀ ਟ੍ਰੀਟ ਕਰਨਾ, ਜਿੱਦਾਂ ਦੇ ਆਪਣੇ ਬੱਚੇ ਨੇ ਉੱਦਾਂ ਦੇ ਉਹ ਬੱਚੇ ਨੇ, ਕਹਿੰਦੇ ਠੀਕ ਆ। ਅਤੇ ਉਸ ਤੋਂ ਬਾਅਦ ਭਾਈ ਜਦੋਂ ਗੱਲ ਹੁੰਦੀ ਜਾਂਦੀ ਆ, ਲਗਭਗ ਜਿਹੜਾ ਉਹਦਾ ਵੱਡਾ ਭਰਾ ਹੁੰਦਾ ਉਹਦੇ ਲਈ 10 ਸਾਲ ਬਾਅਦ ਕਿਤੇ ਜਾ ਕੇ ਬੱਚਾ ਘਰੇ ਜਨਮ ਲੈਂਦਾ ਅਤੇ ਉਹ ਮੁੰਡਾ ਹੁੰਦਾ ਭਾਈ। ਉਹ ਮੁੰਡੇ ਇਹ ਛੋਟਾ ਭਰਾ ਜਿਹੜਾ ਇਹ ਬਹੁਤ ਜ਼ਿਆਦਾ ਚਾਅ ਕਰਦਾ ਵੀ ਮੇਰੇ ਭਤੀਜਾ ਹੋਇਆ ਕਿ ਹੁੰਦੀ ਹੈਗਾ, ਅਤੇ ਭਾਈ ਬਹੁਤ ਨੱਚਦਾ ਟੱਪਦਾ, ਲੋਹੜੀਆਂ ਮਨਾਉਂਦੇ ਨੇ, ਸ਼ਗਨ ਮਨਾਉਂਦੇ ਨੇ, ਬੱਚੇ ਭਾਈ ਆਉਂਦੇ ਜਾਂਦੇ ਰਹੇ ਨੇ। ਜਿਹੜਾ ਉਹਦਾ ਭਤੀਜਾ ਹੁੰਦਾ ਉਹਦੀ ਆਪਦੇ ਚਾਚੇ ਨਾਲ ਜ਼ਿਆਦਾ ਮੇਲ ਮਿਲਾਪ ਹੋ ਜਾਂਦਾ, ਉਹ ਜਦੋਂ ਵੀ ਚਾਚਾ ਉਹਨੂੰ ਚੱਕਦਾ ਉਹਨੂੰ ਖਾਣ ਨੂੰ ਦਿੰਦਾ, ਕਦੇ ਕੀ ਲਿਆ ਕੇ ਦਿੰਦਾ, ਇੱਦਾਂ ਚੱਲਦਾ ਰਹਿੰਦਾ ਹੈਗਾ। ਥੋੜ੍ਹਾ ਟਾਈਮ ਲੰਘਦਾ ਗਿਆ ਲੰਘਦਾ ਗਿਆ, ਅਤੇ ਭਾਈ ਉਦੋਂ ਥੋੜ੍ਹਾ ਥੋੜ੍ਹਾ ਐਂ ਚੱਲਦਾ ਰਹਿੰਦਾ, ਜਦੋਂ ਇਹ ਚੱਲੀ ਗਿਆ ਥੋੜ੍ਹੇ ਟਾਈਮ ਬਾਅਦ ਕੀ ਹੁੰਦਾ, ਥੋੜ੍ਹੇ ਟਾਈਮ ਬਾਅਦ ਨਾ ਇੱਕ ਦਿਨ ਉਹ ਜਿਹੜਾ ਛੋਟਾ ਭਰਾ ਹੈਗਾ ਮੁੰਡੇ ਦਾ, ਉਹ ਨਾ ਉਹ ਕਰਦਾ ਟਰੈਕਟਰ ਲੈ ਕੇ ਹਲ ਪਾਉਣ ਜਾਂਦਾ ਹੈਗਾ ਖੇਤ, ਖੇਤ ਵੀ ਉਹਨਾਂ ਲੱਭੀ ਹੁੰਦਾ, ਜਾਂਦੇ ਨੂੰ ਉਹਦਾ ਭਤੀਜਾ ਹਾਕ ਮਾਰ ਲੈ ਗਿਆ, ਚਾਚਾ ਮੈਨੂੰ ਝਾਟੀ ਦੇ, ਝਾਟੀ ਦਵਾਉਣ ਦਾ ਮਾਰਾ ਉਹ ਨਾਲ ਬਿਠਾ ਲੈਂਦਾ। ਉਹ ਕੁਦਰਤੀ ਮਾੜੀ ਕਿਸਮਤ ਨੂੰ ਉਹਦੇ ਚਾਚੇ ਨੂੰ ਫੋਨ ਆ ਜਾਂਦਾ ਕਿਸੇ ਦਾ, ਉਹ ਗੌਰ ਨਹੀਂ ਕਰਦਾ, ਉਹ ਮਗਰਾੜ 'ਤੇ ਬੈਠਾ ਹੁੰਦਾ ਜਵਾਕ, ਫਿਰ ਹੱਥ ਤਾਂ ਉਹਨੇ ਰੱਖਿਆ ਹੁੰਦਾ, ਫਿਰ ਵੀ ਕਿਤੇ ਉਹ ਭੁਲੇਖੇ ਨਾਲ ਜਦੋਂ ਵੱਟ ਵੁੱਟ ਟਪਾਉਣ ਲੱਗਦਾ ਹੈਗਾ ਤਾਂ ਉਹ ਜਵਾਕ ਹੈ ਜਿਹੜਾ ਉਹ ਹੇਠਾਂ ਆ ਜਾਂਦਾ। ਜਿਹੜੀ ਉਹਦੀ ਭਤੀਜੀ ਦੀ ਲਵੀ ਘਰ ਸੀ ਉਹ ਸਾਹਮਣੇ ਖੜੀ ਦੇਖ ਰਹੀ ਹੁੰਦੀ ਆ। ਚਾਚਾ ਕਹਿੰਦਾ ਬਈ ਮੈਂ ਇੰਨਾ ਸੁੰਨ ਹੋ ਗਿਆ ਨਾ ਉਸ ਜਗ੍ਹਾ 'ਤੇ
ਵੀ ਮੈਨੂੰ ਪਤਾ ਹੀ ਨਾ ਲੱਗੇ, ਸਮਝ ਨਾ ਆਏ ਵੀ ਮੈਂ ਕੀ ਕਰਾਂ। ਉਹ ਤੋਂ ਫਿਰ ਕਿਤੇ ਬੈਗੇਅਰ ਪੈ ਜਾਂਦਾ ਅਤੇ ਉੱਤੋਂ ਦੀ ਟਰੈਕਟਰ ਫਿਰ ਟੱਪ ਜਾਂਦਾ ਅਤੇ ਕਹਿੰਦਾ ਮੈਨੂੰ ਤਾਂ ਹੋਸ਼ ਹੀ ਨਾ ਰਹੀ ਵੀ ਮੈਂ ਕਰਾਂ ਅਤੇ ਕੀ ਕਰਾਂ ਨਾ ਕੀ ਕਰਾਂ ਕੀ ਨਾ ਕਰਾਂ। ਕਿਹਾ ਫਿਰ ਭਾਈ ਜਦੋਂ ਟਰੈਕਟਰ ਬੰਦ ਕਰਕੇ ਸਾਈਡ 'ਤੇ ਕਰਦਾ ਫਿਰ ਮੈਨੂੰ ਪਤਾ ਲੱਗਦਾ ਵੀ ਉਹਨੇ ਮਾਰਤਾ, ਉੱਧਰ ਕੂਕ ਰੌਲੀ ਪੈ ਜਾਂਦੀ ਆ। ਕਿਹਾ ਮੈਂ ਗਾਹਾਂ ਕਰਦਾ ਟਰੈਕਟਰ। ਕਿਹਾ ਭਾਈ ਉਹੀ ਗੱਲ ਹੋ ਗਈ, ਚਾਚੇ ਦਾ ਤਾਂ ਸਾਰਾ ਟੱਬਰ ਗਲ ਪੈ ਗਿਆ। ਕਹਿੰਦਾ ਬਾਈ ਕਹਿੰਦਾ ਵੀ ਮੇਰਾ ਤਾਂ ਸਾਰਾ ਟੱਬਰ ਗਲ ਪੈ ਗਿਆ ਵੀ ਹਾਂ ਤਾਂ ਜਾਣ ਕੇ ਮਾਰਿਆ ਸਾਡੀ ਜ਼ਮੀਨ ਰੱਖਣ ਦੇ ਮਾਰੇ ਨੇ। ਕਹਿੰਦਾ ਚਾਚਾ ਕਹਿੰਦਾ ਉਹ ਬਾਈ ਕਹਿੰਦਾ ਵੀ ਜਾਂ ਤਾਂ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਵੀ ਜੇ ਮੈਂ ਜਾਣ ਕੇ ਮਾਰਿਆ ਹੋਵੇ। ਕਹਿੰਦਾ ਮੈਂ ਤਾਂ ਅੰਦਰੋਂ ਉਸ ਦਿਨ ਦਾ ਆਪ ਮਰ ਰਿਹਾ ਹੈਗਾ ਵੀ ਹਾਂ ਭਾਈ ਮੈਂ ਤਾਂ ਆਪ ਮਾਰ ਰਿਹਾ ਹੈਗਾ ਵੀ ਭਾਈ ਕੁਛ ਰਿਹਾ ਨਹੀਂ ਮੇਰੇ ਪੱਲੇ ਵੀ ਮੇਰਾ ਭਾਈ ਦਾ ਘਰ ਉੱਜੜ ਗਿਆ। ਕਹਿੰਦਾ ਉੱਧਰੋਂ ਉਹਦੇ ਸਹੁਰੇ ਆਏ ਵੀ ਬਾਈ ਦੇ, ਉਹ ਮੈਨੂੰ ਕਹਿਣ ਸਾਰੇ ਜਾਣੇ ਕਹਿੰਦਾ ਮੈਨੂੰ ਕਹਿਣ ਲੱਗ ਗਏ ਸਹੁਰ ਤਾਂ ਹੋਰ ਮੇਰਾ ਭਾਈ ਵੀ ਜਿਹੜਾ ਕਹਿੰਦਾ ਮੇਰਾ ਪਿਆਰ ਕਰਦਾ ਸੀ ਉਹ ਅੱਜ ਮੇਰੇ ਐਂਟੀ ਹੋ ਗਿਆ ਵੀ ਹਾਂ ਇਹਨੇ ਜਾਣ ਕੇ ਮਾਰਿਆ। ਕਹਿੰਦਾ ਜਦੋਂ ਇਹਨੇ ਜਾਣ ਕੇ ਮਾਰਿਆ ਵਾਲੀ ਗੱਲ ਹੋ ਗਈ, ਜਦੋਂ ਕਹਿੰਦਾ ਜਾਣ ਕੇ ਉਹ ਕੀਤਾ ਵੀ ਮਾਰਿਆ ਤਾਂ ਕਹਿੰਦਾ ਉਹ ਹੋ ਗਿਆ, ਕੇਸ ਹੋ ਗਿਆ ਭਾਈ। ਕਹਿੰਦੇ ਕਹਿੰਦੇ ਵੀ ਅਸੀਂ ਤਾਂ ਕੇਸ ਕਰਾਂਗੇ। ਕਹਿੰਦਾ ਪਿੰਡ ਦੀ ਪੰਚਾਇਤ ਨੇ ਬਹਿ ਕੇ ਰਿਸ਼ਤੇਦਾਰਾਂ ਨੇ ਸਾਂਝਾ ਨੇ ਕਿਹਾ ਵੀ ਨਹੀਂ ਤੁਸੀਂ ਰਹਿਣ ਦਿਓ, ਆਪਾਂ ਅਸੀਂ ਬਹਿ ਕੇ ਨਿਬੇੜ ਦਿੰਦੇ ਹਾਂ। ਕਹਿੰਦਾ ਭਾਈ ਮੰਨ ਗਏ ਠੀਕ ਆ। ਉਹਨੇ ਦੇਖਿਆ ਜਿਹੜੀ ਮੇਰੀ ਭਰਜਾਈ ਆ ਵੀ ਚੱਲ ਜਿਹੜਾ ਕੁਛ ਹੋਣਾ ਤਾਂ ਹੋ ਗਿਆ ਵੀ ਹੁਣ ਮੈਂ ਕਿਉਂ ਨਾ ਇਹ ਤੋਂ 2 ਕਿੱਲੇ ਜ਼ਮੀਨ ਦੇ ਵੱਧ ਲੈ ਲਾਂ। ਕਹਿੰਦਾ ਕਹਿੰਦਾ ਭਾਈ 3 ਕਿੱਲੇ ਵੱਧ ਮੰਗ ਰਹੀ ਉਹ, 3 ਕਿੱਲੇ ਮੰਗਦੀ ਮੰਗਦੀ ਕਹਿ ਸੁਣ ਕੇ ਰਿਸ਼ਤਿਆਂ ਨੂੰ 1.5 ਕਿੱਲੇ 'ਤੇ ਭਾਈ ਰਾਜੀ ਬੰਦਾ ਕਰਵਾਤਾ। ਕਹਿੰਦਾ ਮੈਨੂੰ ਅੱਜ ਵੀ ਭਰਾਵਾ ਉਹ ਗੱਲ ਦਾ ਇੰਨਾ ਦੁੱਖ ਆ ਵੀ ਹਾਂ ਜੇ ਪਰਮਾਤਮਾ ਕਹਿੰਦਾ ਮੈਂ ਗੁਰੂ ਘਰ ਚੜ ਗਿਆ ਸਾਰੇ ਪਰਿਵਾਰ ਨੂੰ ਲੈ ਕੇ ਵੀ ਪਰਮਾਤਮਾ ਜੇ ਮੇਰੇ 'ਚ ਕਿਣਕਾ ਜਿੰਨਾ ਵੀ ਦੋਸ਼ ਹੋਇਆ ਤਾਂ ਮੇਰਾ ਸਾਰਾ ਟੱਬਰ ਇਸੇ ਟਾਈਮ ਹੀ ਮਰ ਜੇ, ਗਾਹਾਂ ਵਧੀ ਨਾ। ਕਹਿੰਦਾ ਵੀ ਮੈਨੂੰ ਸਾਡਾ ਬੁਰਾ ਹਾਲ ਹੋਵੇ, ਸਾਡਾ ਕੱਖ ਨਾ ਰਹੇ। ਤਾਂ ਉਸ ਤੋਂ ਬਾਅਦ ਭਾਈ ਤਾਏ ਦੀ ਜਿਹੜੀ ਉਹਦੀ ਭਰਜਾਈ ਹੁੰਦੀ ਆ ਉਹਦਾ ਹੋ ਜਾਂਦਾ ਐਕਸੀਡੈਂਟ, ਉਹ ਮਰ ਜਾਂਦੀ ਹੈਗੀ, ਉਹਦੀ ਲੱਤ ਟੁੱਟ ਜਾਂਦੀ ਹੈ, ਸੋਰੀ ਮਰ ਭੁਲੇਖੇ ਨਾਲ ਨਿਕਲ ਗਿਆ, ਜਿਹਦਾ ਉਹ ਜਵਾਕ ਮਰਿਆ ਹੁੰਦਾ ਉਹਦੀ ਲੱਤ ਕੱਟਣੀ ਪੈ ਜਾਂਦੀ ਆ, ਐਕਸੀਡੈਂਟ ਹੋ ਜਾਂਦਾ ਉਹਦੀ ਦਾ। ਅਤੇ ਉਹ ਭਾਈ ਪਤਾ ਲੈਣ ਜਾਂਦਾ ਤਾਂ ਉਹਨੂੰ ਧੱਕੇ ਮਾਰ ਮਾਰ ਕੇ ਫਿਰ ਘਰੋਂ ਬਾਹਰ ਕੱਢਿਆ ਜਾਂਦਾ ਵੀ ਹਾਂ ਭਾਈ ਘਰੋਂ ਬਾਹਰ ਕੱਢਿਆ ਜਾਂਦਾ ਵੀ ਹਾਂ ਭਾਈ ਤੁਸੀਂ ਜਿਹੜਾ ਕੀਤਾ ਗਲਤ ਕਰ ਰਹੇ ਹੋਗੇ, ਵੀ ਤੁਸੀਂ ਸਾਡੇ ਵੜੋਂ ਨਾ ਤੁਸੀਂ ਸਾਡਾ ਘਰ ਖਰਾਬ ਕਰਤਾ, ਸਾਡਾ ਜਵਾਕ ਮਾਰਤਾ। ਕਿਆ ਇਹ ਗੱਲ? ਸੋ ਇਹ ਗੱਲ ਤੋਂ ਇਹ ਸੇਧ ਮਿਲਦੀ ਆ ਵੀ ਕਈ ਵਾਰ ਅੱਖੋਂ ਦੇਖਿਆ ਅਤੇ ਕੰਨੀ ਸੁਣਿਆ ਵੀ ਗਲਤ ਹੋ ਜਾਂਦਾ ਬੰਦਾ, ਕੋਈ ਵੀ ਬੰਦਾ ਜਿਹੜਾ ਆਪਣੇ ਭਰਾ ਦਾ ਕੋਈ ਵੀ ਨਹੀਂ ਮਾੜਾ ਸੋਚ ਸਕਦਾ। ਆਪਾਂ ਦੂਜੇ ਦੇ ਜਵਾਕ ਨੂੰ ਨਹੀਂ ਇੱਦਾਂ ਮਾਰ ਸਕਦੇ, ਗਵਾਂਢੀ ਦੇ ਜਵਾਕ ਨੂੰ ਨਹੀਂ ਆਪਾਂ ਨੌਂ ਜਿੰਨੀ ਵੀ ਸੱਟ ਲੱਗਣ ਦੇ ਸਕਦੇ, ਆਪਦੇ ਨੂੰ ਤਾਂ ਕੌਣ ਮਾਰ ਸਕਦਾ। ਸੋ ਵੀਡੀਓ 'ਚ ਇਹੀ ਮਤਲਬ ਸੀਗਾ ਦੱਸਣ ਦਾ ਵੀ ਜਿਹੜਾ ਆਪਣੇ ਲੋਕਾਂ ਨੂੰ ਦੂਜੀ ਸਾਈਡ ਵੀ ਸੋਚਣਾ ਚਾਹੀਦਾ ਵੀ ਉਹ ਕਿਉਂ ਕਰੂਗਾ। ਬਾ ਇਹ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਬਾਈ ਚਾਂਸ ਵਾਪਰ ਜਾਂਦੀਆਂ, ਘਟਨਾਵਾਂ ਹੁੰਦੀਆਂ ਨੇ, ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੁੰਦਾ। ਹੁਣ ਬੱਚੇ ਨੂੰ ਆਪਾਂ ਨਾਲ ਬਿਠਾਓ ਹੀ ਨਾ, ਸਾਰਿਆਂ ਤੋਂ ਵੱਡੀ ਗੱਲ ਆ ਵੀ ਕਦੇ ਵੀ ਖੇਤ ਕੰਮ ਕਰਨਾ ਟਰੈਕਟਰ 'ਤੇ ਆਪਾਂ ਚੌੜ ਮੱਤੇ ਆਪਦੇ ਜਵਾਕ ਨੂੰ ਵੀ ਬਿਠਾ ਲੈਂਦੇ ਹਾਂ, ਤੋ ਬਿਠਾਉਣਾ ਨਹੀਂ ਚਾਹੀਦਾ, ਸਾਰੀ ਉਮਰ ਨੂੰ ਲਾਂਭਾ ਹੋ ਜਾਂਦਾ। ਜਦਕਿ ਬੰਦੇ ਦਾ ਕਸੂਰ ਜਿਹੜਾ ਹੁੰਦਾ ਨਹੀਂ ਕੋਈ ਵੀ, ਸਾਰੀ ਉਮਰ ਨੂੰ ਦੂਜਾ ਘਰ ਪਰਿਵਾਰ ਗਾਲਾਂ ਕੱਢਦਾ ਵੀ ਹਾਂ ਇਹਨੇ ਸਾਡਾ ਘਰ ਬਰਬਾਦ ਕਰਤਾ। ਸੋ ਵੀਡੀਓ ਜੇ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।